सत्संग जी, गुरु सत्संग जी, संगत हर पर वसे जियो। वाहेगुरु जी का खालसा, वाहेगुरु जी की फतेह। सत्संग जी, आओ आप हम वाहेगुरु का सिमरन करिए। वाहेगुरु, वाहे गुरु, वाहे गुरु, वाहे गुरु, वाहे गुरु, वाहे गुरु, वाहे Hey।
वाहे गुरु वाहे गुरु वाहे गुरु वाहे गुरु वाहे
संग जी फिर संगत हर पर्व से जियो। वाहेगुरु जी का खालसा वाहेगुरु जी की फतेह। आओ आपां हुण सच्चे पातशाह दा गुरु साहब दा उपदेश जो सुन रहे सी गुरु अर्जन देव जी ने की कीता वो सारा देखिए। उन्होंने बहुत सेवा कीतियां। पहले तो गुरु को अमृतसर ते संतोख सर सरोवर जी नूं खुदाई गुरु रामदास जी ने करवाई सी उसनों पक्या करवाया। गुरु साहब जी ने आप टोकरी ढोई तो सारी सेवा अपनी निगरानी विच करवाया। हमेशा अपनी सेवा निगरानी विच ही करवाते होंगे सी। चक रामदास का नाम रामदासपुर रख दिता और सारी दे काम पूरे करवाए। गुरु के महल ते दर्शनी ड्योड़ी बनाई। गुरु साहब ने बहुत वड्डा परोपकार उत्ते अपना सेवा लगी था गुरमुख। गुरु साहब ने फिर रोजाना का की नितनेम से गुरु साहब का सुन लो की हिसाब करते होंगे सी। गुरु साहब पैर रात रात जागते यानी कि सवेरे तड़के अपना पैर रात जो चार घंटे रेंदे रात जो उदों जागते तो जाके इशनान करते गुरमुख हों टाइम हों तकरीबन दो तीन दे बजे तक सारे सिख दो तीन चार बजे तक सारे उठते ने इशनान करते ने। इस तरह गुरु साहब सवेरे पैर रात रहिंदे यानी कि दो तीन बजे उठते इशनान करते सिमरन करते सिमरन मगन हो जाते। फिर सवेरे सूरज अपना जो सवेरा हुंदा तो फिर संगत विच कीर्तन कर सुनते आन जान के कीर्तन सुनते आप ही सुनते नाल बजा के कीर्तन करते संगत को कीर्तन सुनाते। गुरु तो कीर्तन दरबार की हाजिरी भरते हाजिरी भर के सारा ही करके फिर संगतों को उपदेश देंदे कथा कीर्तन करते शंके संतों के निमृत करते। गुरमुख बिलावल की चौंकी लगती वह भी फिर लाहौर बिलावल की चौंकी लगती फिर लंगर जाके जूठे बर्तन मांजते। फिर सारा दिन उसारी दे काम की निगरानी ते हथी सेवा करते। शामी सोदर दे कीर्तन सवेरे दी चौंकी ते दरबार साहब आप आते आप आके बैठ के सच्चे पातशाह करवाते संगतों को भी नाम जपाते ते आप भी जपते। फिर शाम नू कोठा साहब जाके आराम करते। कोठा साहब कित्थे आ जिथे अज अकाल तख्त बनया। गुरमुख किन्ना रोज़ दी बनती सेवा होंगी सी।
ਸਵੇਰੇ 3 ਵਜੇ ਤੋਂ ਉੱਠਣਾ ਅਤੇ ਸ਼ਾਮ ਨੂੰ ਗੁਰਮੁਖੋ ਜਾ ਕੇ ਬੜੀ ਦੇਰ ਨਾਲ ਆਰਾਮ ਕਰਨਾ। ਗੁਰਮੁਖੋ ਅਸੀਂ ਵੀਰਾਂ ਤੋਂ ਸਬਕ ਸਿੱਖੀਏ, ਅੰਮ੍ਰਿਤ ਵੇਲਾ ਸੱਚ ਨਾਂ ਵਡਿਆਈ ਵਿਚਾਰ। ਜਿਸ ਨੇ ਅੰਮ੍ਰਿਤ ਵੇਲਾ ਸੰਭਾਲ ਲਿਆ ਉਹਨੇ ਸਾਰੇ ਸੁੱਖਾਂ ਨੂੰ ਪ੍ਰਾਪਤ ਕਰ ਲਿਆ। ਫਿਰ ਗੁਰਮੁਖੋ ਹਰਿਮੰਦਰ ਸਾਹਿਬ ਦੀ ਨੀਂਹ ਪੱਥਰ, ਹੁਣ ਸਰੋਵਰ ਤਾਂ ਬਣ ਸਕਿਆ ਸੀ, ਅੰਮ੍ਰਿਤਸਰ ਸਰੋਵਰ ਬਣ ਗਿਆ ਸੀ, ਉਹਦੇ ਅੰਦਰ ਹਰਿਮੰਦਰ ਸਾਹਿਬ ਬਣਾਉਣਾ ਸੀ। ਗੁਰੂ ਸਾਹਿਬ ਨੇ ਗੁਰੂ ਅਰਜਨ ਦੇਵ ਜੀ ਨੇ ਕਮਾਲ ਕੀਤਾ, ਸਿੱਖਾਂ ਦਾ ਹਰਿਮੰਦਰ ਬਣ ਰਿਹਾ ਹੋਏ ਤਾਂ ਉਹਦੇ ਨੀਂਹ ਪੱਥਰ ਇੱਕ ਮੁਸਲਮਾਨ ਫਕੀਰ ਰੱਖ ਰਿਹਾ ਹੋਏ। ਇਹ ਦੱਸ ਦਿੱਤਾ ਗੁਰੂ ਸਾਹਿਬ ਨੇ, ਹਿੰਦੂ ਤੁਰਕ ਕੋਈ ਰਾਸ ਦੀ ਇਮਾਮ ਸਾਹਿਬ ਹੀ ਮਾਨ ਇਸ ਕੀ ਜਾਤ ਸਭ ਇਹ ਕੇ ਪਹਿਚਾਣ ਬੋ। ਗੁਰਮੁਖ ਇਨਸਾਨ ਇਹ ਜਾਤ ਪਾਤ ਔਰ ਧਰਮ ਇਹ ਵੰਡ ਐਵੇਂ ਹੀ ਆ, ਅਸੀਂ ਜਿੱਥੇ ਇਨਸਾਨ ਦੀ ਜਾਤ ਇਨਸਾਨ 'ਚ ਇੱਕੋ ਜਿਹੇ ਉਹਦੇ ਕੰਨ ਨੇ, ਇੱਕੋ ਜਿਹੇ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ, ਇੱਕ ਨੈਣ ਇੱਕ ਕੰਨ ਇੱਕ ਦੇਹ ਇੱਕ ਪਾਉਣ, ਖਾਕ ਬਾਦ ਆਤਸ ਆਪ ਕੋ ਰੋਲਾਓ ਆ, ਚਲ ਸਾਰਿਆਂ ਵਿੱਚ ਉਹੀ ਵੱਸਦਾ ਪਿਆ, ਇੱਕੋ ਹੀ ਰੂਪ ਆ, ਇੱਕੋ ਹੀ ਸਭ ਕਿਹਾ। ਫਿਰ ਵੰਡੀਆਂ ਕਾਹ ਦੀਆਂ ਵੰਡੀਆਂ, ਇੱਕ ਦੀਆਂ ਮੁਲਕਾਂ ਦੀਆਂ ਵੰਡੀਆਂ ਨੇ, ਧਰਮਾਂ ਦੀਆਂ ਵੰਡੀਆਂ ਨੇ, ਕੌਮਾਂ ਦੀਆਂ ਵੰਡੀਆਂ ਨੇ, ਮਿਸਲਾਂ ਦੀਆਂ ਵੰਡੀਆਂ ਨੇ, ਕਿਹੜੀਆਂ ਵੰਡੀਆਂ ਜਿਹੀ ਪੈ ਕੇ ਸਾਰਾ ਜਨਮ ਖਰਾਬ ਕਰ ਲਿਆ। ਮਹਾਰਾਜ ਨੇ ਕਿਹਾ, ਹਿੰਦੂ ਤੁਰੂ ਕੋਈ ਰਾਸ ਦੀ ਇਮਾਨ ਸਾਹਿਬ ਇਮਾਨ ਉਸ ਕੀ ਜਾਤ ਸਭੇ ਕੇ ਤੁਰ, ਸਾਰੇ ਇਨਸਾਨ ਜਿੰਨੇ ਇੱਕੋ ਰੂਪ ਨੇ। ਤਾਂ ਗੁਰਮੁਖੋ ਫਿਰ ਆਪ ਅੰਮ੍ਰਿਤਸਰ ਸਰੋਵਰ ਦੀ ਵਿਚਕਾਰ ਹਰਿਮੰਦਰ ਸਾਹਿਬ ਬਣਾਉਣ ਲਈ ਸੋਚਿਆ ਵੀ ਇੱਥੇ ਹਰਿਮੰਦਰ ਸਾਹਿਬ ਬਣਾਇਆ ਜਾਏ। ਅਤੇ ਹਰਿਮੰਦਰ ਕਮਾਲ ਆ, ਹਰਿਮੰਦਰ ਸਾਹਿਬ ਦੀ ਨੀਂਹ ਪੱਥਰ ਇੱਕ ਮੁਸਲਮਾਨ ਫਕੀਰ ਕੋ ਰੱਖੀ, ਮੀਆਂ ਮੀਰ ਫਕੀਰ ਜੋ ਬਹੁਤ ਵੱਡਾ ਸਾਡੇ ਫਕੀਰ ਸੀ। ਇਸ ਕਮਾਲ ਦੀ ਗੱਲ ਸਿਵਕ ਸਿੱਖਣਾ ਚਾਹੀਦਾ ਸਾਰਿਆਂ ਨੂੰ, ਸੈਕੂਲਰਿਜ਼ਮ ਅਸੀਂ ਸੈਕੂਲਰਿਜ਼ਮ ਸਭ ਕੁਝ ਕਰਦਾ, ਇਸ ਤੋਂ ਵੱਡਾ ਸੈਕੂਲਰਿਜ਼ਮ ਕੀ ਆ। ਹਰਿਮੰਦਰ ਸਾਹਿਬ ਜੋ ਸਿੱਖਾਂ ਦਾ ਸਭ ਤੋਂ ਵੱਡਾ ਦਰਬਾਰ ਸਾਹਿਬ ਹੈ, ਉਹਦੀ ਨੀਂਹ ਪੱਥਰ ਜਦੋਂ ਗੁਰੂ ਅਰਜਨ ਦੇਵ ਜੀ ਨੇ ਰਖਵਾਉਣੀ ਸੀ, ਉਹਨਾਂ ਨੇ ਮੁਸਲਮਾਨ ਫਕੀਰ ਕੋ ਰਖਵਾਈ, ਇਹ ਦੱਸਣ ਵਾਲੇ ਲੋਕਾਂ ਨੂੰ ਕਿ ਗੁਰਮੁਖੋ ਸਭ ਮੈਂ ਜੋਤ ਜੋਤ ਹੈ ਸੋਏ ਤੇ ਇਸਦੇ ਚਾਨਣ, ਸਭ ਮੈਂ ਤਵੇਂ ਸਭੇ ਘੱਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾਂ ਕੋ ਬੋਲੇ ਰਹੇ। ਇਹ ਦਸਾਣੇ ਸਾਨੂੰ, ਅਸੀਂ ਤਵੇਂ ਵੰਡੀਆਂ ਪਾਣੀਆਂ ਨੇ, ਮਜ਼ਬਾਂ ਦੀਆਂ ਵੰਡੀਆਂ ਨੇ, ਜਾਤਾਂ ਦੀਆਂ ਵੰਡੀਆਂ ਪਾਏ, ਵੰਡੀਆਂ ਦੇ ਵਿੱਚ ਹੀ ਸਾਰੀ ਜ਼ਿੰਦਗੀ ਖਰਾਬ ਕਰ ਦਿੰਦੇ ਹਾਂ। ਅਤੇ ਇੱਥੋਂ ਸੋਚਣ ਸੋਚਣਾ ਚਾਹੀਦਾ, ਸਾਡਾ ਅੰਮ੍ਰਿਤਸਰ ਸਰੋਵਰ ਹੋਵੇ ਜਿੱਥੇ ਹਰਿਮੰਦਰ ਸਾਹਿਬ ਬਣਨਾ ਹੋਵੇ, ਉਹਦੀ ਨੀਂਹ ਪੁੱਥਰ ਇੱਕ ਮੁਸਲਮਾਨ ਫਕੀਰ ਕੋਲ ਰਿਹਾ ਰਿਹਾ। ਗੁਰਮੁਖ ਮੁਸਲਮਾਨ ਨਹੀਂ ਸੀ ਰਿਹਾ, ਉਹ ਜਦੋਂ ਆਤਮਦਰਸ਼ੀ ਬਣ ਜਾਂਦਾ, ਉਹਦੀ ਨਾ ਜਾਤ ਹੈ ਨਾ ਪਾਤ ਹੈ ਨਾ ਜਾਤ ਪਾਤ ਹੋਤਾ ਹੈ, ਜਿਹਦੇ ਅੰਦਰ ਪਰਮਾਤਮਾ ਦੀ ਜੋਤ ਪ੍ਰਗਟ ਹੋ ਜਾਂਦੀ ਹੈ ਨਾ, ਤਾਂ ਉਹ ਪਰਮਾਤਮਾ ਦਾ ਰੂਹ ਬਣ ਜਾਂਦਾ। ਅੱਲਾ ਤਾਲਾ ਪਰਮਾਤਮਾ ਖੁਦਾ ਸਭ ਇੱਕ ਹੀ ਰੂਪ ਹੈ ਨੇ, ਪਰਮਾਤਮਾ ਇੱਕ ਹੀ ਰੂਪ ਆ। ਤਾਂ ਗੁਰਮੁਖੋ ਇਹ ਵੰਡੀਆਂ ਅਸੀਂ ਪਾਈਆਂ ਨੇ, ਅਤੇ ਇੱਥੋਂ ਵੱਡੀ ਜ਼ਿਆਦਾ ਹੋਰ ਕੀ ਹੋ ਸਕਦੀ। ਦੱਸ ਗੁਰੂ ਸਾਹਿਬ ਦੱਸਿਆ, ਸਿੱਖਾਂ ਦਾ ਸਭ ਤੋਂ ਵੱਡਾ ਜਿਹੜਾ ਅਸਥਾਨ ਹੈ ਧਰਮ ਅਸਥਾਨ ਹਰਿਮੰਦਰ ਸਾਹਿਬ, ਉਹਦੀ ਕਿੰਨੀ ਪੱਥਰ ਮੁਸਲਮਾਨ ਫਕੀਰ ਕੋਲ ਰਖਾ ਰਹੇ ਨੇ। ਗੁਰਮੁਖ ਕੋਈ ਮਿਸਾਲ ਹੈ ਦੁਨੀਆ 'ਚ? ਫਿਰ ਉਹਦੇ ਚਾਰ ਦਰਵਾਜ਼ੇ ਰੱਖੇ, ਸਾਰ ਦਰਵਾਜ਼ੇ ਰੱਖੇ ਕਿ ਚਾਹੁੰਦਾ ਬਸ ਸਾਰਿਆਂ ਪਾਸੇ ਕਿ ਉਹਨੂੰ ਕਹਿੰਦੇ ਪਰਮਾਤਮਾ ਹੀ ਪਰਮਾਤਮਾ ਹੈ। ਕਈ ਕਹਿੰਦੇ ਨੇ ਆਪਾਂ ਹੁਣ ਮੁਸਲਮਾਨ ਮਹਿਸੂਸ ਨਾ ਕਰਨਾ, ਸਾਡੇ ਮੁਸਲਮਾਨ ਵੀਰ ਕਹਿੰਦੇ ਨੇ ਸਿਰਫ ਮੱਕੇ 'ਚ ਹੀ ਖੁਦਾ ਆ, ਹੋਰ ਕਿਸੇ ਪਾਸੇ ਨਹੀਂ, ਜੋ ਨਮਾਜ਼ ਹੀ ਪੜ੍ਹਦੇ ਨੇ ਮੱਕੇ ਵੱਲ ਨੂੰ ਕਰਕੇ ਪੜ੍ਹਦੇ ਨੇ। ਅਤੇ ਗੁਰੂ ਸਾਹਿਬ ਨੇ ਕਿਹਾ ਨਹੀਂ, ਸਾਰੇ ਪਾਸੇ ਮੱਕਾ ਹੈ। ਜਦੋਂ ਗੁਰੂ ਨਾਨਕ ਦੇਵ ਜੀ ਗਏ ਸੀ ਮੱਕੇ ਮਦੀਨੇ, ਕੁਦਰਤੀ ਸਾਉਣ ਅੱਗੇ ਉਹਨਾਂ ਦੇ ਚਰਨ ਮੱਕੇ ਵੱਲ ਸਨ, ਅਤੇ ਨੂਰ ਕਾਜ਼ੀ ਨੂਰ ਦਿਨ ਆਏ, ਤਾਂ ਉਹ ਉੱਥੋਂ ਦੇ ਕਾਜ਼ੀ ਬਹੁਤ ਵੱਡੇ, ਉਹਨੂੰ ਦੇਖਿਆ ਹੈ ਅੱਲਾਹ ਤਾਲਾ ਦੇ ਘਰ ਵੱਲ ਚਰਨ ਕਰਕੇ ਆਪਣਾ ਪੈਰ ਕਰਕੇ ਸੌਂ ਰਿਹਾ, ਇਹ ਐਡਾ ਕਾਫਰ। ਉਹਨੇ ਲੱਤ ਮਾਰੀ ਗੁਰੂ ਨਾਨਕ ਦੇਵ ਜੀ ਨੂੰ, ਉਹਦੇ ਲੱਤ ਮਹਾਰਾਜ ਘੁੱਟਣ ਲੱਗ ਪਏ, ਤੈਨੂੰ ਦਰਦ ਹੋ ਜਾਏ ਤੂੰ। ਉਹਨੂੰ ਕਹਿੰਦਾ ਕਾਫਰਾ ਤੂੰ ਅੱਲਾਹ ਤਾਲਾ ਦੇ ਘਰ ਵੱਲ ਪੈਰ ਕਰਕੇ ਸੁਧਾਇਆ? ਗੁਰੂ ਸਾਹਿਬ ਨੇ ਬੜੇ ਪ੍ਰੇਮ ਨਾਲ ਕਿਹਾ, ਅੱਲਾਹ ਤਾਲਾ ਕਿੱਧਰ ਆ? ਜਿੱਧਰ ਅੱਲਾਹ ਤਾਲਾ ਨਹੀਂ ਤੂੰ ਉੱਧਰ ਮੇਰੇ ਪੈਰ ਕਰ ਦੇ। ਉਹਨੂੰ ਗੁੱਸੇ ਨਾਲ ਪੈਰ ਕੀਤਾ, ਜਿਹੜੇ ਭਵਾਏ ਤਾਂ ਜਿੱਧਰ ਦੇਖੇ ਉਹ ਮੱਕਾ ਹੀ ਘੁੰਮੇ, ਨਾਰਥ ਵੱਲ, ਈਸਟ ਵੱਲ, ਸਾਊਥ ਵੱਲ, ਜਦੋਂ ਵੈਸਟ ਵੱਲ ਉੱਥੇ ਹੀ ਮੱਕਾ। ਉਹ ਬੜਾ ਹੈਰਾਨ ਹੋ ਗਿਆ, ਉਹ ਉਹਨਾਂ ਦੇ ਚਰਨ ਹੀ ਪੈ ਗਿਆ, ਵੀ ਮੇਰੀ ਅੱਖਾਂ ਖੋਲ੍ਹਤੀਆਂ ਤੁਸੀਂ, ਸਾਰੇ ਤਰਫ ਪਰਮਾਤਮਾ ਹੀ ਪਰਮਾਤਮਾ, ਪਰਮਾਤਮਾ ਇੱਕ ਪਾਸੇ ਨਹੀਂ ਆ, ਇੱਕ ਜਗ੍ਹਾ ਨਹੀਂ ਆ। ਇਹੋ ਹੀ ਗੁਰੂ ਅਰਜਨ ਦੇਵ ਜੀ ਨੇ ਕੀਤਾ, ਚਾਰ ਦਰਵਾਜ਼ੇ ਰੱਖ ਕੇ ਸਾਨੂੰ ਅਕਲ ਦੇ ਦਿੱਤੀ ਕਿ ਸਾਰੇ ਪਾਸੇ ਪਰਮਾਤਮਾ ਹੀ ਪਰਮਾਤਮਾ ਆ। ਸੋ ਗੁਰਮੁਖੋ ਇਹ ਬਹੁਤ ਵੱਡੀ ਕਿਉਂ ਕਹਿੰਦੇ ਨੇ ਮਹਾਰਾਜ ਨੇ, ਗੁਰੂ ਸਾਹਿਬ ਨੇ ਸੇਵਾ ਨਾਲ ਸਪੁੰਨ ਚਾਰ ਗੁਰੂਆਂ ਦੀ ਸੇਵਾ ਜੋ ਸ਼ੁਰੂ ਹੋਈ ਸੀ, ਸਪੁੰਨ ਹੋਈ ਸੀ, ਇਹ ਸਥਾਨ ਵਿਸ਼ਵ ਸਾਰੀ ਦੁਨੀਆ 'ਚ ਮਸ਼ਹੂਰ ਦਾ ਸਿੱਖੀ ਦਾ ਬਹੁਤ ਵੱਡਾ ਕੇਂਦਰ ਬਣ ਗਿਆ।
ਫਿਰ ਤਰਨ ਤਾਰਨ ਦੀ ਸਥਾਪਨ ਕਰਨਾ, ਤਰਨ ਤਾਰਨ ਜਿਹੜਾ ਅੱਜ ਕੱਲ੍ਹ ਸਥਾਨ ਹੈ ਗੁਰਮੁਖ, ਉੱਥੇ ਸਾਖੀ ਸਰਬਤ ਹੁੰਦੇ ਸੀ ਮੁਸਲਮਾਨ, ਉਹ ਕਬਰਾਂ ਨਾਲ ਹੀ ਸਾਰਿਆਂ ਨੂੰ ਜੋੜਦੇ ਸੀ ਪ੍ਰਚਾਰ ਨਾਲ, ਉਹਨਾਂ ਨੂੰ ਠੱਲ ਪਾਉਣ ਵਾਸਤੇ ਸਾਰਿਆਂ ਉਹਨਾਂ ਨੂੰ ਕਬਰਾਂ ਨਾਲ ਹੀ ਜਾ ਕੇ ਮੱਥਾ ਟੇਕਦੇ, ਕਬਰਾਂ ਕੋਲ ਹੀ ਜਾ ਕੇ ਪੂਜਾ ਕਰਦੇ। ਅਤੇ ਜੇ ਪਤਾ ਲੱਗੇ ਸਾਰੇ ਹਿੰਦੂ ਵਿਚਾਰੇ ਆ ਕੇ ਕਹਿਣ ਲੱਗੇ ਮਹਾਰਾਜ ਸਾਨੂੰ ਹੋਰ ਕੋਈ ਤਾਂ ਹੈ ਹੀ ਨਹੀਂ ਜਗ੍ਹਾ ਜਿੱਥੇ ਅਸੀਂ ਜਾਈਏ, ਅਤੇ ਉਹ ਹੀ ਸਾਰਾ ਕਰ। ਗੁਰੂ ਸਾਹਿਬ ਨੂੰ ਬੁਲਾਇਆ ਵੀ ਮਹਾਰਾਜ ਉੱਥੇ ਆਪਣਾ ਸਥਾਨ ਖੋਲ੍ਹੋ। ਗੁਰੂ ਸਾਹਿਬ ਗਏ ਅੰਮ੍ਰਿਤਸਰ 14 ਮੀਲ 'ਤੇ ਸਾਊਥ ਵੱਲ, ਅਤੇ ਉਹਦੇ ਉੱਥੇ ਜਾ ਕੇ ਜ਼ਮੀਨ ਲਈ ਅਤੇ ਸਿੱਖੀ ਦਾ ਕੇਂਦਰ 'ਚ ਕਰਨਾ ਸ਼ੁਰੂ ਕਰ, ਉੱਥੇ ਸਥਾਨ ਬਣਾਉਣਾ ਸ਼ੁਰੂ ਕਰਤਾ। ਗੁਰੂ ਸਾਹਿਬ ਨੇ ਤਰਨ ਤਾਰਨ ਨਗਰ ਵਸਾਇਆ, ਵਿਸ਼ਾਲ ਸਰੋਵਰ ਬਣਾਇਆ ਅਤੇ ਉਹਦੇ ਕੰਢੇ 'ਤੇ ਗੁਰਦੁਆਰਾ ਬਣਾਇਆ। ਗੁਰਦੁਆਰਾ ਜਿਹੜਾ ਬਣਾ ਰਹੇ ਸੀ ਉਹਦਾ ਇੱਟਾਂ ਜਿਹੜੀਆਂ ਨੂਰਦੀਨ ਨੂੰ, ਨੂਰਦੀਨ ਆਇਆ ਸੀ ਉੱਥੋਂ ਚੌਧਰੀ, ਉਹ ਖੋਹ ਕੇ ਲੈ ਗਿਆ ਇੱਟਾਂ। ਗੁਰੂ ਸਾਹਿਬ ਸਿੱਖਾਂ ਨੇ ਬੜੀ ਪ੍ਰੇਮ ਨਾਲ ਗੁਰੂ ਸਾਹਿਬ ਦੀ ਅਰਜ਼ੀ ਕੀਤੀ, ਮਹਾਰਾਜ ਸਿੱਖਾਂ ਜਿਹੜੀ ਦਰਬਾਰ ਸਾ ਇੱਟਾਂ ਲੱਗਿਆ, ਨੂਰਦੀਨ ਚੌਧਰੀ ਆਇਆ ਸੀ, ਪੈ ਰਿਹਾ ਹੇਠਾਂ ਅੱਗ ਵੱਧ ਰਹੀ ਆ, ਤੂੰ ਤੱਤੀ ਤਵੀ ਲੈ ਬੈਠੇ ਹੋਏ ਨੇ, ਤੱਤਾ ਦਿੱਤਾ ਪੈ ਰਿਹਾ, ਹਾਂਕਾਰ ਮਾਤੇ ਦੀ ਆ, ਮੀਆਂ ਵੀ ਫਕੀਰ ਆਇਆ, ਉਸ ਨੂੰ ਐਸਾ ਰੋਹ ਚੜਿਆ, ਦੇਖ ਕੇ ਕਹਿੰਦਾ ਕਿ ਖੁਦਾ ਦੇ ਬੰਦਿਆਂ ਉੱਤੇ ਜ਼ੁਲਮ ਹੋ ਰਿਹਾ। ਤੋ ਕਹਿੰਦਾ ਗੁਰੂ ਸਾਹਿਬ ਮਹਾਰਾਜ ਮੈਨੂੰ ਹੁਕਮ ਕਰੋ, ਮੈਂ ਦਿੱਲੀ ਅਤੇ ਲਾਹੌਰ ਦੀ ਇੱਟਾਂ 'ਚ ਖੜਕਾ ਦਿੰਦਾ। ਗੁਰੂ ਸਾਹਿਬ ਨੇ ਬੜੇ ਪ੍ਰੇਮ ਨਾਲ ਕਿਹਾ, ਸਾਈਂ ਜੀ ਇਹ ਤਾਕਤਾਂ ਕਿੱਥੋਂ ਮਿਲੀਆਂ? ਤਾਂ ਉਸੇ ਵੇਲੇ ਕਹਿਣ ਲੱਗਾ ਵੀ ਉਹ ਮਹਾਰਾਜ ਇਹ ਆਪ ਹੁਕਮ ਮਿਲੇਗਾ, ਆਪ ਅੱਲਾਹ ਤਾਲਾ ਦੇ ਨੂਰ ਹੋ। ਅਤੇ ਕਹਿੰਦੇ ਅਸੀਂ ਨਹੀਂ ਸੀ ਕਰ ਸਕਦੇ। ਉਸੇ ਵੇਲੇ ਸਾਨੂੰ ਮੀਆਂ ਮੀਰ ਬੈਲ ਠੰਡਾ ਹੋ ਗਿਆ ਕਿ ਬਈ ਪਾਣੀ 'ਚ ਰਹਿਣਾ ਚਾਹੀਦਾ, ਪਾਣੀ 'ਚ ਰਹਿਣ ਵਾਸਤੇ ਇਹੋ ਹੀ ਆ। ਜਦੋਂ ਇੱਟਾਂ ਲੈ ਕੇ ਚੱਲ ਗਏ ਗੁਰਮੁਖ ਸ਼ਾਂਤੀ ਲਈ, ਤਾਂ ਮਿਸਰਾਂ ਦਾ ਰਾਜ ਹੋਇਆ ਅਤੇ ਮਿਸਰਾਂ ਸਾਹਿਬ ਸਿੱਖਾਂ ਨੇ ਉਹ ਇੱਟਾਂ ਵਾਪਸ ਸਰੋਵਰ ਨੂੰ ਆ ਕੇ ਲਾਈਆਂ। ਗੁਰਮੁਖ ਮੈਂ ਵੀ ਦੱਸਿਆ ਵੀ ਜਦੋਂ ਸਰੋਵਰ ਦੀ ਮੈਂ ਪੜ੍ਹਦਾ ਹੁੰਦਾ ਸੀ BSc ਜਾਂ MSc 'ਚ, ਅਤੇ ਸਰੋਵਰ ਦੇ ਪਰਿਕਰਮਾ ਕਰਨ ਗਿਆ ਅਤੇ ਜੂਨ ਮਹੀਨਾ ਸੀ, ਤਾਂ ਪਰ ਜਾ ਸੀ ਸਰੋਵਰ ਨੂੰ, ਅਤੇ ਮੈਂ ਜਾ ਕੇ ਚਰਨ ਪਾਇਆ ਅਤੇ ਐਨ ਤਪ ਕੇ ਮੈਨੂੰ ਕਹਿੰਦੇ ਨੇ ਪੈਰ ਨਾ ਰੱਖੇ ਜਾਣ, ਬੜਾ ਅਫਸੋਸ ਹੋਇਆ, ਮੈਂ ਰੋਣ ਲੱਗ ਪਿਆ। ਤਾਂ ਉਸੇ ਵੇਲੇ ਮੈਂ ਸੰਤਾਂ ਆਪਣਾ ਗੁਰੂ ਨਾਨਕ ਗੁਰੂ ਅਰਜਨ ਵਾਲ ਜੀ ਵੱਲ ਧਿਆਨ ਕਰ ਲਿਆ, ਮਹਾਰਾਜ ਤੁਸੀਂ ਕਿਸੇ ਤੱਤੀ ਲੋਹ 'ਤੇ ਬੈਠੇ ਹੋ, ਹੇਠਾਂ ਅੱਗ ਵਾਰੀ ਆ, ਤੁਹਾਨੂੰ ਛੇਕ ਹੀ ਨਹੀਂ ਲੱਗ ਰਿਹਾ। ਜਦੋਂ ਉਹਨਾਂ ਵੱਲ ਧਿਆਨ ਕਰ ਲਿਆ ਤਾਂ ਉਹ ਪਰਕਮ ਮੈਨੂੰ ਗਰਮੀ ਨਾ ਲੱਗੇ, ਮੈਂ ਕਿਹਾ ਫਿਰ ਕਰਮਾਂ ਠੰਡੀਆਂ ਹੋ ਗਈਆਂ ਨੇ, ਮੈਂ ਹੱਥ ਨੂੰ ਲਾ ਕੇ ਵੀ ਹੱਥ ਦੇਖਾਂ, ਫਿਰ ਕਰਮਾਂ ਨੂੰ ਦੇਖਾਂ, ਮੈਨੂੰ ਗਰਮੀ ਨਹੀਂ ਲੱਗੇ। ਅਤੇ ਪਰਿਕਰਮਾ ਕਰਕੇ ਮੈਂ ਬੜਾ ਖੁਸ਼, ਮੈਂ ਆਖਿਆ ਗੁਰੂ ਸਾਹਿਬ ਨੇ ਅੱਜ ਉੱਪਰ ਮੇਰੀ ਪਰਿਕਰਮਾ ਕਰਨ ਲਈ ਪਰਿਕਰਮਾ ਹੀ ਠੰਡੀਆਂ ਕਰਤੀਆਂ। ਮੈਂ ਮਹਾਰਾਜ ਗੁਰਮੁਖੋ ਮੈਂ ਜਾ ਕੇ ਸੰਤ ਤੇਜਾ ਸਿੰਘ ਮਹਾਰਾਜ ਨੂੰ ਦੱਸਿਆ, ਜਦੋਂ ਹੁਣ ਮਿਲ ਗਿਆ ਮੈਂ, ਮਹਾਰਾਜ ਬੜਾ ਵੱਡਾ ਕੌਤੁਕ ਹੋਇਆ, ਗੁਰੂ ਸਾਹਿਬ ਨੇ ਪਰਿਕਰਮਾ ਕਰਵਾਉਣੀਆਂ ਸੀ ਮੇਰੇ ਕੋਲੋਂ, ਜੂਨ ਮਹੀਨਾ ਸੀ, ਦੁਪਹਿਰ ਦਾ ਵਕਤ ਸੀ, ਅਤੇ ਪਰਿਕਰਮਾ ਹੀ ਠੰਡੀਆਂ ਹੋ ਗਈਆਂ। ਅਤੇ ਮਹਾਰਾਜ ਮੁਸਕਰਾ ਕੇ ਕਹਿੰਦੇ ਸੰਤ ਤੇਜਾ ਸਿੰਘ ਮਹਾਰਾਜ, ਭਲਿਆ ਲੋਕਾਂ ਪਰਿਕਰਮਾ ਠੰਡੀਆਂ ਨਹੀਂ ਹੋਈਆਂ, ਤੇਰਾ ਧਿਆਨ ਜਿਹੜਾ ਗਰਮੀ ਨੂੰ ਸਾਹਮਣੇ ਦੇਖਣਾ ਸੀ, ਗਰਮੀ ਨੂੰ ਮਹਿਸੂਸ ਕਰਨਾ ਸੀ, ਉਹ ਗੁਰੂ ਅਰਜਨ ਦੇਵ ਜੀ ਵੱਲ ਲੱਗ ਗਿਆ ਸੀ, ਅਤੇ ਗੁਰੂ ਜੀ ਵੱਲ ਦੇ ਲਿਆ, ਤੈਨੂੰ ਗਰਮੀ ਮਹਿਸੂਸ ਹੀ ਨਹੀਂ ਹੋਈ। ਗੁਰੂ ਕੋ ਉਸੇ ਹੈ ਸੁਰ ਸ਼ਬਦ ਦੀ ਖੇਡ, ਮਨ ਵਿੱਚ ਸਤਿਗੁਰ ਕੇ ਪਾਤੇ ਸੇਵਕ ਕੇ ਕਾਰਜ ਰਾਹ, ਸੁਰਤ ਅਗਰ ਗੁਰੂ ਦੇ ਚਰਨਾਂ 'ਚ ਲਾ ਲਿਓ ਗੁਰਮੁਖ, ਉਹ ਦੁੱਖ ਸੁੱਖ ਤੁਹਾਨੂੰ ਲਾਓ, ਦੁੱਖ ਨਾ ਹੀ ਸਭ ਸੁੱਖੀ ਵਾਲੇ, ਇੱਕ ਹੀਰੇ ਅਤੇ ਬੁਰਾ ਨਾ ਹੀ ਸਭ ਭਲੇ, ਹਾਰ ਨਾ ਹੀ ਸਮਝਦੇ ਗੁਰਮੁਖੋ। ਫਿਰ ਤਰਨ ਤਾਰਨ ਕੁਸ਼ਟ ਆਸ਼ਰਮ ਬਣਿਆ, ਥੋੜ੍ਹੀਆਂ ਦੂਰ ਕਰਨ ਵਾਲਾ ਆਸ਼ਰਮ ਵੀ ਬਣਾਇਆ ਉੱਥੇ, ਔਰ ਉੱਥੇ ਗੁਰੂ ਜੀ ਨੇ ਮਾਤਾ ਗੰਗਾ ਜੀ ਹੱਥੋਂ ਸੇਵਾ ਕਰਦੇ ਕੋੜੀ ਬਾਣੀ, ਕੋੜੀਆਂ ਬਾਣੀ ਸੁਣ ਕੇ ਦੁਆ ਦਾਰੂ ਇੱਕ ਦੁਆ ਖਾਨਾ ਬਣਾਇਆ ਜਾ ਕਰਨ ਵਾਸਤੇ। ਮਹਾਰਾਜ ਹਿੰਦੁਸਤਾਨ ਦਾ ਪਹਿਲਾ ਆਸ਼ਰਮ ਸੀ ਜਿੱਥੇ ਕਿ ਇਹ ਸਾਰਾ ਦੁਆ ਦਾਰੂ ਉੱਥੇ ਗੁਰੂ ਸਾਹਿਬ ਦੇ ਵਕਤ ਬਣਿਆ, ਸਾਰੇ ਕੋਹੜੀਆਂ ਨੂੰ ਇਲਾਜ ਕਰਨ ਵਾਸਤੇ, ਜੋ ਦੁੱਖ ਦਾਰੂ ਦੂਰ ਕਰਨ ਵਾਸਤੇ ਜੋ ਦੁਆਖਾਨਾ ਬਣਿਆ ਗੁਰਮੁਖ, ਹਿੰਦੁਸਤਾਨ 'ਚ ਕੋਹੜੀਆਂ ਦਾ ਕੋਈ ਇਲਾਜ ਨਹੀਂ ਸੀ ਉਸ ਵੇਲੇ। ਸੋ ਕਹਿਣ ਦਾ ਭਾਵ ਹੈ ਵੀ ਧੰਨ ਗੁਰੂ ਅਰਜਨ ਦੇਵ ਜੀ ਵੱਲ, ਜਿਹਨਾਂ ਨੇ ਇੰਨਾ ਕੁਛ ਕਰਦਿਆ ਹੋਇਆ ਸਾਨੂੰ ਸਮਝਾਇਆ ਕਿ ਮੂਰਖ ਤੁਸੀਂ ਵੀ ਸਮਝੋ, ਇਹ ਸਮਝੋ ਕਿ ਭਈ ਪ੍ਰਾਪਤ ਮਨੁੱਖ ਦੇ ਵਰੀ ਆ, ਗੋਬਿੰਦ ਮਿਲਣ ਕੀ ਤੇਰੀ ਵਰੀ ਆ, ਅਵਰ ਕਾਜ ਤੇਰੇ ਕਿਤੇ ਨਕਾਮ, ਮਿਲ ਸਾਧ ਸੰਗਤ ਭਾਜੀ ਕਹਿ ਬਲਨਾ, ਗੁਰਮੁਖ ਆਏ ਚੀ ਸਿਖਰ ਮਨ ਜਨ ਸੁਹਾਣ ਕਰਨਗੇ, ਜੋ ਸੱਜਣ ਸੀ ਸਿੜੀਆਂ ਜੋ ਹੋਵੇ ਸਾਹਿਬ ਸੋ ਮੇਲ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।